ਜਿਹੜਾ ਬੰਦਾ ਕਹਿ ਕੇ ਪਬਲਿਕ ਦੇ ਵਿੱਚ ਫਿਰ ਉਸ ਤੋਂ ਬਾਅਦ ਬਦਲਦਾ ਤਾਂ ਲੋਕ ਉਹਦੇ 'ਤੇ ਇਤਬਾਰ ਨਹੀਂ ਕਰਦੇ। ਟਿਕਟ ਮਿਲ ਗਈ ਦੂਜੇ ਪਾਸੇ ਜਾ ਕੇ, ਜਿਹੜੀ ਪਾਰਟੀ 'ਚ ਗਏ ਨੇ ਉਹਨਾਂ ਤਾਂ ਆਪਦੇ ਕੰਮ ਕਰਨ ਵਾਲਿਆਂ ਨੂੰ ਕਦੇ ਟਿਕਟਾਂ ਨਹੀਂ ਦਿੱਤੀਆਂ। ਇਸ ਕਰਕੇ ਮੰਦਭਾਗਾ। ਮੈਂ ਇਦੋਂ ਵੱਧ ਕੁਛ ਨਹੀਂ ਕਹਿਣਾ ਚਾਹੁੰਦੀ, ਆਪਣੇ ਕੈਰੀਅਰ 'ਤੇ ਆਪ ਸਵਾਲ ਖੜਾ ਕੀਤਾ। ਕਾਂਗਰਸ ਪਾਰਟੀ ਸਾਡੀ ਜਿਹੜੀ ਹੈਗੀ ਆ ਉਹ ਥੰਮ ਵਾਂਗ ਇੱਕਜੁੱਟ ਖੜੀ ਹੈ। ਕੌਣ ਆਉਂਦਾ ਕੌਣ ਜਾਂਦਾ ਸਾਨੂੰ ਨਜ਼ਰ ਦੇ ਵਿੱਚ ਇੱਕੋ ਹੀ ਚੀਜ਼ ਹੈਗੀ ਹੈ ਸਾਰੇ। ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਸਵੀਕਾਰ ਕਰ ਲਈ ਆ। ਜੇ ਉਹ ਕਹਿੰਦਾ ਇੱਕ ਪਾਸੇ ਕਿ 13-0 ਜਿੱਤ ਰਿਹਾ ਮੈਂ ਪੰਜਾਬ ਦੇ ਵਿੱਚ, ਤਾਂ ਫਿਰ ਗੋਲਡੀ ਦੀ ਕੀ ਲੋੜ ਪੈਗੀ? ਇਹਦਾ ਮਤਲਬ ਭਗਵੰਤ ਮਾਨ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ, ਇੰਨਾ ਡਰ ਚੁੱਕਾ ਵਾ, ਇੰਨਾ ਕਾਇਰ ਬਣ ਗਿਆ ਵਾ ਕਿ ਇਮੀਡੀਏਟ ਰਾਈਵਲ ਜਿਹੜਾ ਧੂਰੀ ਤੋਂ ਉਹਦੇ ਨਾਲ ਇਲੈਕਸ਼ਨ ਲੜਿਆ ਵਾ ਉਹਨੂੰ ਉਹਦੀ ਲੋੜ ਪੈ ਗਈ ਆ। ਦੇਖੋ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ। ਇੱਕ ਸਧਾਰਨ ਸਟੂਡੈਂਟ ਸੀ ਉਹ ਆਉਂਦਾ ਹੋਇਆ, ਉਹਨੂੰ ਹਰ ਵਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ 3-4 ਵਾਰ ਉਹਨੂੰ ਮਾਣ ਸਤਿਕਾਰ ਕੀਤਾ। ਬਹੁਤ ਸਾਰੇ ਲੋਕ ਮੰਗਦੇ ਆ, ਟਿਕਟ ਮੰਗਣਾ ਹੱਕ ਹੈ, ਲੇਕਿਨ ਜੇ ਉਸ ਤੋਂ ਬਾਅਦ ਕਿਸੇ ਦਾ ਫੈਸਲਾ ਹਾਈ ਕਮਾਂਡ, ਜਿਹੜੀ ਲੋਕ ਸਭਾ, ਲੋਕ ਸਭਾ ਹਾਈ ਕਮਾਂਡ ਨੇ ਆਪਣੀ ਪਾਰਟੀ ਸਮਝ ਕੇ ਚੁਣਨੀ ਹੁੰਦੀ ਹੈ। ਉਹ ਜਿਹਨੂੰ ਚੁਣ ਲੈਂਦੇ ਨੇ ਉੱਥੇ ਜ਼ਿਆਦਾ ਉਹਨਾਂ ਦੀ ਚੱਲਦੀ ਹੁੰਦੀ ਹੈ। ਉਸ ਤੋਂ ਬਾਅਦ ਇੱਕ ਟਿਕਟ ਪਿੱਛੇ ਰੁੱਸਣਾ ਜਾਂ ਮੈਨੂੰ ਨਹੀਂ ਪਤਾ ਕੀ ਕਾਰਨ ਹੈ, ਲੇਕਿਨ ਉਹਨਾਂ ਨੇ ਜੋ ਬੋਲਦੇ ਨੇ ਕਿਹਾ ਸੀਗਾ, ਮੈਂ ਜਿਵੇਂ ਸਪੀਚ 'ਚ ਵੀ ਕਿਹਾ ਕਿ ਮੈਂ ਕਾਂਗਰਸ ਪਾਰਟੀ 'ਚ ਹਾਂ, ਉਹਨਾਂ ਦੀ ਪਿਤਨ ਪਤਨੀ ਨੇ ਵੀ, ਸਾਡੀ ਬੀਬੀ ਹੈ, ਬੱਚੀ ਹੈ, ਨਾਰੇ ਲਾਏ ਖਹਿਰਾ ਜੀ ਦੇ, ਲਾਏ ਪਾਰਟੀ ਦੇ, ਲਾਏ, ਇਹ ਵਿਸ਼ਵਾਸ ਤਾਂ ਆਇਆ ਲੋਕਾਂ ਨੂੰ। ਔਰ ਸੈਕਿੰਡ ਟਾਈਮ ਵੀ ਜਿਵੇਂ ਦੱਸਿਆ ਖਹਿਰਾ ਜੀ ਨੇ ਆਪਣਾ, ਕਿ ਦੂਜੀ ਵਾਰ ਵੀ ਕਿਹਾ ਮੈਂ ਮਦਦ ਕਰੂੰਗਾ ਆ ਕੇ। ਜਿਹੜਾ ਬੰਦਾ ਕਹਿ ਕੇ ਪਬਲਿਕ ਦੇ ਵਿੱਚ ਫਿਰ ਉਸ ਤੋਂ ਬਾਅਦ ਬਦਲਦਾ ਤਾਂ ਲੋਕ ਉਹਦੇ 'ਤੇ ਇਤਬਾਰ ਨਹੀਂ ਕਰਦੇ। ਸਾਨੂੰ ਨਹੀਂ ਪਤਾ ਕਿ ਹੁਣ ਟਿਕਟ ਮਿਲ ਗਈ ਦੂਜੇ ਪਾਸੇ ਜਾ ਕੇ, ਜਿਹੜੀ ਪਾਰਟੀ 'ਚ ਗਏ ਨੇ ਉਹਨਾਂ ਤਾਂ ਆਪਦੇ ਕੰਮ ਕਰਨ ਵਾਲਿਆਂ ਨੂੰ ਕਦੇ ਟਿਕਟਾਂ ਨਹੀਂ ਦਿੱਤੀਆਂ। ਇਸ ਕਰਕੇ ਮੰਦਭਾਗਾ। ਮੈਂ ਇਦੋਂ ਵੱਧ ਕੁਛ ਨਹੀਂ ਕਹਿਣਾ ਚਾਹੁੰਦੀ, ਆਪਣੇ ਕੈਰੀਅਰ 'ਤੇ ਆਪ ਸਵਾਲ ਖੜਾ ਕੀਤਾ। ਉਹਨਾਂ ਦੇ ਸਮੇਂ ਦੇ ਵਿੱਚ ਟਿਕਟ ਬਦਲੀ ਜਾਂਦੀ ਹੈ ਜਾਂ ਦਲਵੀਰ ਸਿੰਘ ਗੋਲਡੀ ਨੂੰ ਦਿੱਤੀ ਜਾਂਦੀ ਹੈ ਤਾਂ ਇੱਕ ਲੜਾਈ ਤਾਂ ਵੱਖਰੀ ਤਰੀਕੇ ਦੀ ਹੋ ਜਾਏ ਕਾਂਗਰਸ ਦੇ ਸਾਹਮਣੇ? ਜੋ ਮਰਜ਼ੀ ਹੋ ਜਾਵੇ, ਕਾਂਗਰਸ ਪਾਰਟੀ ਸਾਡੀ ਜਿਹੜੀ ਹੈਗੀ ਆ ਉਹ ਥੰਮ ਵਾਂਗ ਇੱਕਜੁੱਟ ਖੜੀ ਹੈ। ਕੌਣ ਆਉਂਦਾ ਕੌਣ ਜਾਂਦਾ ਸਾਨੂੰ ਨਜ਼ਰ ਦੇ ਵਿੱਚ ਇੱਕੋ ਹੀ ਚੀਜ਼ ਹੈਗੀ ਹੈ ਸਾਰੇ। ਲਹਿਰਾ ਗਾਗਾ ਦੇ ਕਈ ਆਗੂਆਂ ਨੇ ਜਿਵੇਂ ਦੂਜੇ 2 ਪ੍ਰੋਗਰਾਮ ਰੱਖੇ ਗਏ ਸੀ, ਤੁਸੀਂ ਰੱਖਿਆ ਸੀਗਾ ਉੱਧਰ ਦੂਜੇ ਪਾਸੇ ਰੱਖਿਆ ਗਿਆ ਸੀ, ਦਲਵੀਰ ਸਿੰਘ ਗੋਲਡੀ ਪਹੁੰਚੇ ਸੀਗੇ, ਕਿਵੇਂ ਦੇਖਦੇ ਹੋ ਕਿ ਉਹ ਵੀ ਆਖਰ ਨਾਲ ਜਾਣ? ਇਹਦੇ ਵਿੱਚ ਕੀ ਗੱਲ ਹੈ? ਕੋਈ ਗੱਲ ਨਹੀਂ, ਸਾਡੇ ਬੱਚਿਆਂ 'ਚ ਕਿਤੇ ਵੀ ਰੱਖ ਲੈਣ, ਅੱਜ ਵੀ ਰੱਖਿਆ ਹੋਇਆ ਸੀਗਾ, ਲੇਕਿਨ ਉਸ ਥਾਂ 'ਤੇ ਕਿਉਂਕਿ ਟਾਈਮ ਦਾ ਦੱਸਿਆ ਨਹੀਂ ਸੀਗਾ, ਪਹਿਲਾਂ ਪ੍ਰੋਗਰਾਮ ਦੀ ਅਪਰੂਵਲ ਨਹੀਂ ਸੀ, ਉਹ ਹੀ ਨਹੀਂ ਜਾਇਆ ਗਿਆ, ਤਾਂ ਹੀ ਇਹਨਾਂ ਨੇ ਆਪਣੇ ਵੱਲੋਂ ਗੋਲਡੀ ਨੂੰ ਭੇਜਿਆ, ਪ੍ਰਧਾਨ ਹੈ ਬਈ ਜ਼ਿਲ੍ਹੇ ਦਾ, ਸਾਰਿਆਂ ਦੀ ਨੁਮਾਇੰਦਗੀ ਲਵਾ, ਇਹ ਕੋਈ ਗੱਲ ਨਹੀਂ, ਇਹ ਮਾੜੀ ਮੋਟੀਆਂ ਗੱਲਾਂ ਹੁੰਦੀਆਂ ਪਰਿਵਾਰ ਦੀਆਂ, ਸਾਡੇ ਬੱਚੇ ਆ ਸਾਰੇ ਸਾਰੇ ਇਸ ਵਕਤ, ਇਹ ਨਹੀਂ ਤੇਰੇ ਮੇਰੇ ਕਰਕੇ ਵਾਲਾ ਵਕਤ ਨਹੀਂ ਹੈ, ਇਸ ਵਕਤ ਤਾਂ ਇਹ ਹੈ ਕਿ ਤੁਸੀਂ ਕਿਹੜਾ ਬੰਦਾ ਚੁਣ ਕੇ ਭੇਜਦੇ ਹੋ। ਇੱਕ ਪਾਸੇ ਜੇ ਆਪਾਂ ਦੇਖੀਏ ਪਿੱਤਲ ਦੀਆਂ ਗੋਲੀਆਂ ਪਈਆਂ ਅਤੇ ਇੱਕ ਪਾਸੇ ਸੋਨਾ ਅਤੇ ਹੀਰਾ ਪਿਆ, ਇਸ ਕਰਕੇ ਸਾਨੂੰ ਅੱਜ ਬਚਾਉਣ ਵਾਸਤੇ ਲੋਕ ਜਾਨ ਦੀ ਤਲੀ ਧਰੀ 'ਤੇ ਫਿਰਦੇ ਹੈ, ਸਾਰੇ ਵਰਗ ਔਖੇ ਨੇ, ਸਾਰੇ ਲੋਕ ਔਖੇ ਨੇ, ਅੱਜ ਉਹਨਾਂ ਦੀ ਆਵਾਜ਼ ਜਾ ਕੇ ਉੱਥੇ ਗੂੰਜੇ ਦਿੱਲੀ ਦੇ ਵਿੱਚ। ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਜਾਨ ਦੀ ਬਾਜ਼ੀ ਲਾ ਕੇ ਲੜੇ, ਇਹ ਸਾਹਮਣੇ ਮੈਨੂੰ ਕਹਿਣ ਦੀ ਲੋੜ ਨਹੀਂ, ਸਾਰੇ ਪੰਜਾਬ ਨੇ ਦੇਖਿਆ ਸੁਖਪਾਲ ਖਹਿਰਾ ਪਬਲਿਕ ਮੁੱਦਿਆਂ 'ਤੇ, ਲੋਕ ਦੇ ਮੁੱਦਿਆਂ 'ਤੇ ਜਾਨ ਦੀ ਬਾਜ਼ੀ ਲਾ ਕੇ ਲੜਿਆ, ਅਤੇ ਇਸ ਕਰਕੇ ਲੋਕ ਆਪੋ ਤੌਰ 'ਤੇ ਉੱਠ ਕੇ ਤੁਰੇ ਪਏ ਹੈ, ਜਿਤਾਉਣ ਵਾਸਤੇ ਸ਼ਾਨਦਾਰ ਜਿੱਤ ਹੋਣੀ ਹੈ। ਦੇਖੋ ਪਹਿਲਾਂ ਮੈਂ ਗੋਲਡੀ ਦੀ ਗੱਲ ਕਰਨਾ ਚਾਹੁੰਦਾ ਵਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰ ਸਵੀਕਾਰ ਕਰ ਲਈ ਆ। ਜੇ ਉਹ ਕਹਿੰਦਾ ਇੱਕ ਪਾਸੇ ਕਿ 13-0 ਜਿੱਤ ਰਿਹਾ ਮੈਂ ਪੰਜਾਬ ਦੇ ਵਿੱਚ, ਤਾਂ ਫਿਰ ਗੋਲਡੀ ਦੀ ਕੀ ਲੋੜ ਪੈਗੀ? ਜਿਹੜਾ ਗੋਲਡੀ ਧੂਰੀ ਤੋਂ ਹਾਰਿਆ ਹੋਇਆ ਸੀਗਾ, ਜਿਹੜਾ ਗੋਲਡੀ ਸਿਰਫ 75,000 ਵੋਟ ਪਈ ਪਾਰਲੀਮੈਂਟ ਵਿੱਚ ਜਿਮਨੀ ਚੋਣ 'ਚ, ਇਹਦਾ ਮਤਲਬ ਭਗਵੰਤ ਮਾਨ ਇੰਨਾ ਕਮਜ਼ੋਰ ਹੋ ਗਿਆ ਅੰਦਰੋਂ, ਇੰਨਾ ਡਰ ਚੁੱਕਾ ਵਾ, ਇੰਨਾ ਕਾਇਰ ਬਣ ਗਿਆ ਵਾ ਕਿ ਇਮੀਡੀਏਟ ਰਾਈਵਲ ਜਿਹੜਾ ਧੂਰੀ ਤੋਂ ਉਹਦੇ ਨਾਲ ਇਲੈਕਸ਼ਨ ਲੜਿਆ ਵਾ ਉਹਨੂੰ ਉਹਦੀ ਲੋੜ ਪੈ ਗਈ ਆ। ਇੱਥੋਂ ਤੁਹਾਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹਾਲਾਤ ਨੇ ਉਹ ਬੜੇ ਨਾਜ਼ੁਕ ਅਤੇ ਕਮਜ਼ੋਰ ਹੋ ਗਏ। ਦੂਸਰਾ, ਭਗਵੰਤ ਅੱਜ ਕਹਿ ਰਿਹਾ ਸੀਗਾ ਕਿ ਖਹਿਰਾ ਜੀ ਬੀ ਜੇ ਪੀ ਜਾਵੇਗਾ,
ਉਹਨੂੰ ਕਿਹਾ ਕਿ ਮੈਂ ਤੇਰੇ ਵਰਗਾ ਕਮਜ਼ੋਰ ਅਤੇ ਡਰਪੋਕ ਬੰਦਾ ਨੀਗਾ, ਤੂੰ ਤਾਂ ਅਮਿਤ ਸ਼ਾਹ ਦੇ ਥੱਲੇ ਲੱਗਿਆ ਹੋਇਆ, ਤੂੰ ਤਾਂ ਸਾਡੇ ਨਿਆਣਿਆਂ ਨੂੰ ਚੁੱਕ ਕੇ NSA ਲਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ, ਉਹਦੇ ਕਹਿਣ 'ਤੇ ਤੂੰ ਕਿਸਾਨਾਂ ਨੂੰ ਕੁੱਟਿਆ ਸ਼ੰਭੂ ਦੇ ਬਾਰਡਰ ਦੇ ਉੱਤੇ, ਸ਼ੁਭ ਕਰਨ ਦੀ ਮੌਤ ਦਾ ਤੂੰ ਜ਼ਿੰਮੇਵਾਰ ਆ, ਤੂੰ BJP ਦੇ ਕਹਿਣ 'ਤੇ ਜੁਆਇੰਟ ਓਪਰੇਸ਼ਨ ਕੀਤੇ ਨੇ ਪੰਜਾਬ ਦੇ ਵਿੱਚ, ਮੈਂ ਖੜ੍ਹਾ ਇੱਥੇ, ED ਨੇ ਮੈਨੂੰ ਗ੍ਰਿਫਤਾਰ ਕਰਕੇ BJP ਦੇ ਕਹਿਣ 'ਤੇ ਝੂਠੇ ਮੁਕੱਦਮੇ 'ਚ ਜੇਲ੍ਹ ਭੇਜਿਆ, ਜਿਹੜਾ ਮੁਕੱਦਮਾ ਭਗਵੰਤ ਤੂੰ ਬਣਾਇਆ ਮੁੜ ਕੇ, ਤੂੰ ਅਤੇ ED ਨੇ ਰਲ ਕੇ ਦਾ, ਜਿਹੜਾ ਮਾੜੀ ਮੋਟੀ ਕੋ ਹਵਾ ਦਾ ਬੁੱਲਾ ਆਇਆ ਅਤੇ ਟੁੱਟ ਕੇ ਥੱਲੇ ਡਿੱਗ ਗਿਆ, ਮੈਂ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਦਮ ਔਰ ਉਹਨਾਂ ਦੀ ਦਿੱਤੀ ਹੋਈ ਸੇਧ, ਉਹਨਾਂ ਦੀ ਦਿੱਤੀ ਸਿੱਖਿਆ ਦੇ ਮੁਤਾਬਕ ਪੰਜਾਬ ਦੀ ਸੇਵਾ ਕਰਨ ਨੂੰ ਮੈਂ ਤਤਪਰ ਹਾਂ। ਅਤੇ ਹੁਣ ਮੈਂ ਤੈਨੂੰ ਕਹਿਣਾ ਚਾਹੁੰਦਾ ਭਗਵੰਤ, ਤੂੰ ਕਹਿੰਦਾ ਕਿ ਮੈਂ BJP ਜੁਆਇਨ ਕਰਨਾ, ਜੇ ਮੈਂ BJP ਜੁਆਇਨ ਨਾ ਕੀਤੀ ਸਾਰੀ ਜ਼ਿੰਦਗੀ, ਚਲੋ ਜ਼ਿੰਦਗੀ 'ਤੇ ਤਾਂ ਬਾਅਦ ਦੀ ਗੱਲ ਆ, ਆਹ ਜਿਹੜੀ ਆ 1 ਜੂਨ ਤੱਕ ਜੇ ਮੈਂ BJP ਨਾ ਗਿਆ ਤਾਂ ਫਿਰ ਕੀ ਤੂੰ ਲੋਕਾਂ ਤੋਂ ਮਾਫ਼ੀ ਮੰਗੇਗਾ ਕਿ ਆਪਣੇ ਅਹੁਦੇ ਤੋਂ ਅਸਤੀਫਾ ਦੇਵੇਂਗਾ? ਇੱਕ ਚੀਫ ਮਿਨਿਸਟਰ ਇੱਦਾਂ ਝੂਠ ਬੋਲੀ ਜਾਂਦਾ ਆਪਣੇ ਵਿਰੋਧੀਆਂ ਦੇ ਵਾਸਤੇ? ਇਸ ਕਰਕੇ ਇਹ ਗੱਲ ਇਹਦੀ। ਦੂਜਾ ਗੋਲਡੀ ਦਾ ਜਾਣਾ ਸੁਣੋ, ਜਿੱਦਾਂ ਮੈਡਮ ਨੇ ਕਿਹਾ, ਮਿਸਿਸ ਭੱਠਲ ਨੇ, ਕਿ ਚੰਦ ਦਿਨ ਤਾਂ ਪਹਿਲਾਂ ਸਾਡੇ ਘਰ ਬੁਲਾ ਕੇ ਅਤੇ ਉਹਨੇ ਪਬਲਿਕਲੀ ਸਾਡੀ ਸਪੋਰਟ ਕੀਤੀ ਹੈ, ਸਾਰੇ MCਆਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਿਹਾ ਕਿ ਆਪਾਂ ਖਹਿਰਾ ਸਾਹਿਬ ਬਹੁਤ ਅੱਛੇ ਲੀਡਰ ਨੇ, ਫਾਈਟਰ ਨੇ, ਸ਼ਬਦ ਵਰਤਿਆ ਫਾਈਟਰ, ਅਤੇ ਮੈਂ ਉਹਨਾਂ ਦੀ ਸਪੋਰਟ ਕਰਦਾ ਵਾਂ। ਅਤੇ ਹੁਣ ਅਗਲੇ 3-4 ਦਿਨ 'ਚ ਕੀ ਹੋ ਗਿਆ ਸੀਗਾ, ਮੇਰਾ ਮੰਨਣਾ ਵਾ ਕਿ ਗੋਲਡੀ ਨੂੰ ਉਹਨਾਂ ਨੇ ਸਿੰਗਲ ਪਾਇਆ ਵਾ, ਉਹਦੇ ਗਲ 'ਚ ਰੱਸਾ ਪਾਇਆ ਵਾ, ਜਿਹੜਾ ਵਿਜੀਲੈਂਸ ਦੀ ਜਾਂਚ ਕੀਤੀ ਨਾ, ਜਿੱਦਾਂ ਬਾਕੀ ਚੱਬੇਵਾਲ ਨੂੰ ਲੈ ਗਏ ਨੇ ਤਿੱਤਲੀ ਬਣਾ ਕੇ ਡਰਾ ਕੇ, ਐਨ ਉਸੇ ਤਰਜ਼ ਦੇ ਉੱਤੇ ਨੇ ਉਹਨੂੰ ਗੋਲਡੀ ਨੂੰ ਸਿੰਗਲ ਪਾਇਆ ਉਹਦੇ ਗਲ 'ਚ, ਕਿ ਕਾਕਾ ਤੇਰੀਆਂ 3 ਵਿਜੀਲੈਂਸ ਇਨਕੁਆਇਰੀਆਂ ਚੱਲਦੀਆਂ ਨੇ, ਇੱਕ ਚੱਲਦੀ ਆ ਜਿਹੜਾ ਜਿੰਮਾਂ ਦੇ ਵਿੱਚ ਤੂੰ ਘੁਟਾਲਾ ਕੀਤਾ, ਦੂਸਰਾ ਜਿਹੜਾ ਤੂੰ ਆਪਣੀ ਫੈਕਟਰੀ ਲਾ ਕੇ ਇੰਟਰਲੋਕ ਟਾਈਲ ਵਿੱਚ ਹੀ ਸਾਰਿਆਂ ਨੂੰ ਧੱਕੇ ਦੇ ਨਾਲ ਵੱਧ ਰੇਟ ਦੇ ਉੱਤੇ, ਤੀਜਾ ਤੇਰਾ ਸ਼ਰਾਬ ਦੇ ਠੇਕਿਆਂ ਦੀ ਤੇਰੀ ਕੰਪਲੇਂਟ ਆ, 3 ਵਿਜੀਲੈਂਸ ਇਨਕੁਆਇਰੀਆਂ ਦਾ ਰੱਸਾ ਪਾ ਕੇ ਉਹਨੂੰ ਧੱਕੇ ਨਾਲ ਲੈ ਕੇ, ਵਰਨਾ ਜਿਹੜਾ ਬੰਦਾ 2-3 ਦਿਨ ਪਹਿਲਾਂ ਸਾਡੀ ਸਪੋਰਟ ਕਰ ਰਿਹਾ ਉਹ ਕਿਉਂ ਜਾਊਗਾ? ਐਡਾ ਤਾਂ ਬੇਗੈਰਤਾ ਕੋਈ ਨਹੀਂ ਹੁੰਦਾ। ਸਿੰਘ ਗੋਲੀ ਨੇ ਇਹ ਵੀ ਕਿਹਾ ਜੀ ਵੀ ਮੈਂ ਪਾਰਟੀ ਛੱਡੀ ਨਹੀਂ ਹੈ, ਮੈਨੂੰ ਕੱਢਿਆ ਗਿਆ ਪਾਰਟੀ ਦੇ, ਟੋਰਚਰ ਕੀਤਾ ਗਿਆ। ਦੱਸੋ ਕੀ ਟੋਰਚਰ ਹੋਇਆ ਜੀ? MLA ਬਣਾਉਣਾ ਟੋਰਚਰ ਆ ਉਸਨੂੰ? ਹੁਣ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ, ਉਹਦੀ ਆਪਣੀ ਨੇ ਲੈ ਕੇ ਉਹਨੂੰ ਪਈ ਵੋਟ ਹੀ 75,000 ਪਈ ਹੈ, ਪਾਰਟੀ ਸਿਰਫ ਇਸ ਕਰਕੇ ਗੋਲਡੀ ਨੂੰ ਟਿਕਟ ਦੇ ਦੇ ਕਿ ਉਹਨੂੰ ਇਹ ਸੀਟ ਹਾਰ ਜਾਵੇ, ਇਸ ਕਰਕੇ ਉਹਦੀ ਗੱਲ ਸਾਰੀ ਬੇਬੁਨਿਆਦ ਹੈ। ਅਸਲ ਅੰਦਰੋਂ ਉਹਦਾ ਡਰ, ਉਹਦਾ ਭੈ ਜਿਹੜਾ ਉਹ ਬੋਲਦਾ ਵਾ, ਔਰ ਉਹ ਜਿਹੜਾ ਮੇਰੇ ਹਿਸਾਬ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੇਜਰ ਪੋਲੀਟੀਕਲ ਬਲੰਡਰ ਕੀਤਾ, ਔਰ ਦਿਨ ਦੂਰ ਨੇਗਾ, ਕੈਮਰੇ ਯਾਦ ਰੱਖੋ, ਤੁਸੀਂ ਸਟੇਟਮੈਂਟ ਮੇਰੀ ਕੱਢ ਲੈਣਾ, ਥੋੜ੍ਹੇ ਸਮੇਂ ਬਾਅਦ, ਮਤਲਬ ਕਿ ਹੋ ਸਕਦਾ ਕੁਛ ਮਹੀਨੇ ਜਾਂ 1-1.5 ਸਾਲ ਬਾਅਦ ਇਹੀ ਗੋਲਡੀ ਦੁਆਰਾ ਕਾਂਗਰਸ ਵਿੱਚ ਘਰ ਵਾਪਸੀ ਦੀ ਗੱਲ ਕਰੇਗਾ, ਔਰ ਕਵੇਗਾ ਕਿ ਸ਼ੀਤਲ ਲੰਗੁਰਾਲ ਜਿੱਦਾਂ ਕਹਿੰਦਾ ਸੀਗਾ ਕਿ ਮੈਨੂੰ ਜਿਹੜਾ ਓਪਰੇਸ਼ਨ ਲੋਟਸ ਦਾ ਬਕਵਾਸ ਕਰਾਇਆ ਝਾੜੂ ਨੇ ਜਿੱਦਣ ਉਹ BJP 'ਚ ਗਿਆ ਜਲੰਧਰ ਵਾਲਾ MLA, ਇੱਦਾਂ ਆਲ ਕੇ ਇਲਜ਼ਾਮ ਲਾਵੇਗਾ ਕਿ ਮੇਰੇ 'ਤੇ ਵਿਜੀਲੈਂਸ ਦਾ ਦਬਾਅ ਪਾ ਕੇ ਮੈਨੂੰ ਧੱਕੇ ਨਾਲ ਲੈ ਕੇ। ਮੇਰੀ ਗੱਲ ਨਹੀਂ ਸਮਝੇ, ਇਹ ਹਰ ਇੱਕ ਗੱਲ ਸਟ੍ਰੈਟਜੀ ਹੁੰਦੀ ਪਾਰਟੀਆਂ ਦੀ, ਅੱਜ ਤੋਂ 6 ਮਹੀਨੇ ਪਹਿਲਾਂ ਲੈ ਜਾਂਦੇ ਅਤੇ ਫਿਰ ਲੋਕ ਸਭਾ ਦੀ ਇਲੈਕਸ਼ਨ 'ਤੇ ਕੀ ਪ੍ਰਭਾਵ ਪੈਣਾ ਸੀ? ਉਹ ਕਹਿੰਦੇ ਇਲੈਕਸ਼ਨ ਚੱਲ ਲੈਣ ਦਿਓ, ਇਲੈਕਸ਼ਨ ਦੇ ਵਿੱਚ ਵੜ ਲੈਣ ਦਿਓ, ਨਾਮਜ਼ਦਗੀਆਂ ਦੇ ਨੇੜੇ ਆ ਲੈਣ ਦਿਓ, ਮਾਹੌਲ ਬਣ ਲੈਣ ਦਿਓ, ਤਾਂ ਕਰਕੇ ਉਹ ਲੈ ਕੇ ਗਏ ਨੇ ਇਹ। ਮੈਂ ਗੱਲ, ਤੁਸੀਂ ਮੈਨੂੰ ਦੱਸੋ, ਤੁਸੀਂ ਆਪ ਬੜੇ ਸੁਲਝੇ ਹੋਏ ਪੱਤਰਕਾਰ ਆ, ਜਿਹੜਾ ਪਰਸੋਂ ਤੱਕ ਸਾਡੀ ਸਪੋਰਟ ਕਰਦਾ ਸੀ, ਜਿਹੜਾ ਮੈਨੂੰ 2 ਵਾਰੀ ਘਰ ਸੱਦ ਕੇ ਅਤੇ ਵਰਕਰਾਂ ਨੂੰ ਸੱਦ ਕੇ ਸੋਹਾਂ ਖਾ ਰਿਹਾ, ਉਹਦੀ ਧਰਮ ਪਤਨੀ ਜਿਹੜੀ ਆ ਉਹ ਮੇਰੇ ਹੱਕ ਵਿੱਚ ਜਿੰਦਾਬਾਦ ਕਰ ਰਹੀ ਆ, ਤਾਂ ਹੁਣ ਕੀ ਹੋ ਗਿਆ 2 ਦਿਨ ਦੇ ਵਿੱਚ? ਅਗਲੀ ਗੱਲ, ਲਾਸਟ ਗੱਲ ਕਹਿਣ ਲੱਗਿਆ, ਦੇਖੋ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਜ਼ਿਮਨੀ ਚੋਣ ਲੜਿਆ ਨਾ, ਇੱਕ ਭਗਵੰਤ ਨੇ ਦਾ ਇੱਕ ਕੋਈ ਬੰਦਾ ਸੀ ਆਮ ਆਦਮੀ ਦਾ, ਬੋਕਰ ਦਾ, ਨਸ਼ੇ ਦੇ ਨਾਲ ਜਿਹੜਾ ਨਸ਼ਾ ਕੋਡ ਆ ਸਾਡਾ, ਜਿਹੜਾ ਇਹਨਾਂ ਨੇ ਭ੍ਰਿਸ਼ਟਾਚਾਰ ਫੈਲਾਇਆ ਵਾ, ਜਿਹੜਾ ਇਹਨਾਂ ਨੇ VIP ਕਲਚਰ, ਜਿਹੜਾ ਇਹਨਾਂ ਨੇ 1,000-1,000 ਗਨਮੈਨ ਲੈ ਕੇ ਫਿਰਦੇ ਨੇ, ਜਿਹੜਾ ਇਹਨਾਂ ਨੇ
ਆਪਣੇ ਗੁਜਰਾਂ ਵਿੱਚ 25 ਦਲਿਤ ਮਰਤੇ ਜਲੀ ਸ਼ਰਾਬ ਪੀ ਕੇ, ਜਿਹੜਾ ਮਾਫੀਆ ਚੱਲ ਰਿਹਾ ਇਲੀਗਲ ਮੈਨਿੰਗ, ਮੇਰਾ ਮੁਕਾਬਲਾ ਉਹਨਾਂ ਦੇ ਨਾਲ ਜਿਹੜਾ ਕਿਸਾਨਾਂ ਨੂੰ ਕੁੱਟਿਆ, ਉਹਨਾਂ ਦੀ ਹਿਫਾਜ਼ਤ 'ਚ ਅਸੀਂ ਖੜਾਂਗੇ, ਸਾਡਾ ਕਿਸਾਨਾਂ ਨੂੰ ਲੈ ਕੇ ਇਹਨਾਂ ਫਰਜ਼ੀ ਇਨਕਲਾਬੀਆਂ ਦਾ ਨਾ ਮੁਕਾਬਲਾ ਹੋ ਜਾਵੇ। ਇਹਦਾ ਬੋਕਰ ਦਾ ਮਾੜੀ ਗੱਲ ਕੀਤੀ ਉਹਨੇ ਇਹਦੇ ਪਿੱਛੇ ਨਾ ਇੱਕ ਹਾਥੀ ਚਾੜ ਦਿੱਤਾ, ਛੋਟਾ ਹਾਥੀ ਆਟੋ, ਉਹਦੇ 'ਤੇ ਸਪੀਕਰ ਲਾ ਦਿੱਤਾ, ਜਿੱਥੇ ਵਿਚਾਰੀ ਜਾਇਆ ਕਰੇ ਬੀਬੀ ਹਰ ਇਹਦਾ ਨਾਂ ਸਿਮਰਤ ਕੌਰ ਆ, ਸਿਮਰਤ, ਜਿੱਥੇ ਜਾਇਆ ਕਰੇ ਸਾਡੀ ਬੱਚੀ, ਉਹਦੇ ਪਿੱਛੇ ਉਹ ਆਟੋ, ਉਹ ਗਾਲਾਂ ਗਾਣੇ ਉੱਚੀ ਉੱਚੀ ਗਾਣੇ ਲਾ ਦਿੱਤੇ। ਉਹਨੂੰ ਪੁੱਛਿਆ ਤਾਂ ਤੂੰ ਕੀ ਕਰਦਾ, ਕਹਿੰਦਾ ਮੈਂ ਬੀਬੀ ਦੀ ਸਪੀਡ ਚੈੱਕ ਕਰ ਰਿਹਾ। ਭਗਵੰਤ ਨੇ ਉਹਨੂੰ ਬੁਲਾ ਕੇ ਬਾਅਦ 'ਚ ਮੋਟਰਸਾਈਕਲ ਦਿੱਤਾ ਵਾ, ਉਹ ਲਾਂਤ ਆ ਗੋਲਡੀ ਤੇਰੇ 'ਤੇ ਯਾਰੋ, ਉਹ ਲਾਂਤ ਆ ਭਗਵੰਤ ਤੇਰੇ 'ਤੇ, ਜਿਹਨਾਂ ਦੀ ਸਪੀਡ ਚੈੱਕ ਕਰਵਾਉਂਦਾ ਸੀ ਅਤੇ ਜਿਹੜੇ ਸਪੀਡ ਚੈੱਕ ਹੋਣ ਦੇ ਰਹੇ ਸੀ, ਅੱਜ ਉਹ ਦੋਨੋਂ ਇੱਕ ਦੂਜੇ ਨੂੰ ਜੱਫੀਆਂ ਪਾਈ ਜਾਂਦੇ, ਉਹਨਾਂ ਜ਼ਿਆਦਾ ਮੈਂ ਹੁਣ ਕੀ ਕਹਿ ਸਕਦਾ। ਮੈਨੂੰ ਤਾਂ ਸਾਫ਼ ਨਜ਼ਰ ਆ ਰਿਹਾ, ਅਦਰਵਾਈਜ਼ ਦੇਰ ਇਜ਼ ਨੋ ਅਦਰ ਰੀਜ਼ਨ ਵਾਈ ਇਹ ਪਰਸਨ ਜਿਹਨੂੰ MLA ਬਣਾਇਆ, ਜਿਹਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ, ਜਿਹਨੂੰ ਲੋਕ ਸਭਾ, ਤਿੰਨ ਚੀਜ਼ਾਂ ਕਿਸੇ ਬੰਦੇ ਨੂੰ ਮਿਲੀਆਂ ਨੇ ਛੇਤੀ ਦੇ ਕੇ 5-7 ਸਾਲ ਦੇ ਪੋਲੀਟੀਕਲ ਕਰੀਅਰ ਦੇ ਵਿੱਚ। ਹੁਣ ਰਣਨੀਤੀ ਕੀ ਹੋਊਗੀ ਕਾਂਗਰਸ ਦੇ, ਜਿਹੜੇ ਹੋਰ ਵਰਕਰ ਹੈ ਜਾਂ? ਅਸੀਂ ਜਾ ਰਹੇ ਹਾਂ, ਅਸੀਂ ਜਾ ਰਹੇ ਹਾਂ, ਪਾਉਂਗੇ ਤੁਸੀਂ? ਹਾਂਜੀ ਹਾਂ, ਕੋਈ ਗਿਆ ਹੀ ਨਹੀਂ ਉਹਦੇ ਨਾਲ, ਇੱਕ ਦੋ ਸਰਪੰਚਾਂ ਨੂੰ, ਇੱਕ ਅੱਧੇ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਜਿਹੜਾ PA ਟਾਈਪ ਹੈ, ਇੱਕ ਬੰਦਾ ਬਲਾਕ ਪ੍ਰਧਾਨ ਆਪਣਾ ਹੀ PA ਬਣਾਇਆ ਸੀਗਾ, ਉਹਨਾਂ ਨੂੰ ਛੱਡ ਕੇ ਕੋਈ ਮੇਜਰ ਆਦਮੀ ਨਹੀਂ ਗਿਆ, ਅਸੀਂ ਦਿੜਪੇ ਜਾ ਸੋਰੀ ਧੂਰੀ ਜਾਵਾਂਗੇ, ਔਰ ਧੂਰੀ ਦਾ ਸਾਰਾ ਕਾਂਗਰਸ ਦਾ ਕੇਡਰ ਇੱਕ ਮੁੱਠ ਹੈ ਪੂਰਾ ਐਂ ਕਰਕੇ, ਔਰ ਵੋਟ ਸ਼ਾਇਦ ਹੁਣ ਅੱਗੇ ਨਾਲੋਂ ਜ਼ਿਆਦਾ ਪਊ ਕਾਂਗਰਸ।